ਮੇਰਾ ਗੈਸ ਨਹੀਂ ਆਉਣ ਡਿਆ, ਤੁਸੀਂ ਜਿਹੜਾ ਠੰਡੇ ਪਾਣੀ ਨਾਲ ਮੂੰਹ ਧੋਣਾ, ਮੈਂ ਮੇਰੀ ਅੱਗੇ ਸਕਿਨ ਦਾ ਮਸਲਾ। ਸਹੀ ਗੱਲ ਹੈ, ਜਦੋਂ ਠੰਡਾ ਪਾਣੀ ਮੂੰਹ ਤੇ ਪਾਉਂਦਾ ਹੈ ਨਾ ਤੇ ਠੰਡੇ ਪਾਣੀ ਚ ਆਵਾਜ਼ ਆਉਂਦੀ। ਅਸੀਂ ਵੀ ਦੇਖੋ ਕਿਹਨੂੰ ਦੱਸ ਰਹੇ ਗੈਸ ਨੀ ਆ ਰਹੀ, ਜਿੱਥੇ ਇਹ ਰਹਿੰਦੇ ਨੇ ਮੀਆਂ ਵਾਲੀ, ਖੈਰ ਨਾਲ ਉੱਥੇ ਅੱਜ ਵੀ ਪਾਥੀਆਂ ਹੀ ਬਲਦੀਆਂ ਜੀ। ਗੱਲ ਕੋਈ ਬਈ, ਮੀਆਂ ਵਾਲੀ ਵੀ ਬਹੁਤ ਜ਼ਿਆਦਾ ਐਡਵਾਂਸ ਸੀਗੇ, ਹੁਣ ਮੀਆਂ ਵਾਲੀ ਸ਼ਹਿਰ ਬਣ ਗਏ, ਕੋਈ ਗਾਂਵ ਜਾਂ ਦੇਹਾਤ ਕੋਨੀ। ਵਾਕਈ ਜੀ ਪਾਥੀਆਂ ਨਹੀਂ, ਅਬ ਓਪਲੇ ਜਲਤੇ। ਵਾਜਦ ਵੈਸੇ ਆਪਸ ਦੀ ਗੱਲ ਹੈ, ਓਪਲੇ ਮੈਂ ਤੁਹਾਡੇ ਮੂੰਹ ਚ ਵਾਚਣਾ ਤੇ ਮੈਨੂੰ ਸੁਣ ਕੇ ਉਹ ਓਪਰਾ ਲਗਾਏ। ਚਲੇ ਹਮ ਓਪਲੇ ਵੀ ਨਹੀਂ ਕਹਤੇ, ਆਪ ਪੜ੍ਹੀ ਲਿਖੀ ਹੈ, ਕਨੇਡ ਸੇ ਹੈ, ਵਹਾਂ ਡੰਗ ਕੇਕ ਜਲਤੇ ਹੈ। ਵਾਜੀ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਮੀਆਂ ਵਾਲੀ ਹੁਣ ਸ਼ਾਰ ਬਣ ਗਿਆ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਗੈਸ ਆਉਂਦੀ ਹੈ। ਮੀਆਂ ਵਾਲੀ ਦੇ ਬਾਰੇ ਕੋਈ ਮੰਦੀ ਗੱਲ ਕਰੇ ਨਾ ਤਾਂ ਮੈਨੂੰ ਬਹੁਤ ਕੌੜ ਲੱਗਦੀ ਹੈ। ਸ਼ੁਕਰ ਕਰੋ ਅੱਲਾ ਦਾ ਗੈਸ ਆ ਗਈ ਹੈ, ਨਹੀਂ ਤੇ ਇਹੀ ਨਾ ਫੂਕਣੀ ਫੜ ਕੇ ਕਹਿ ਰਹੀ ਹੁੰਦੀ ਸੀ, ਅੰਮਾ ਅੱਗ ਕਹਿੰਦੀ ਬਖਦੀ ਅੱਖਾਂ ਚੁੰਨੀਆਂ ਠੀਕ। ਰੱਖਿਆ ਵੀ ਕੀ ਹੁੰਦਾ ਸੀ, ਵੱਡੀ ਓਜਰੀ। ਸ਼ੇਰੀ ਤਾਂ ਦਾਦਾ ਵੀ ਗੱਲ ਕਰੇ ਸੀ ਨਾ, ਖਾਣ ਦੀ ਗੱਲ ਕਰੇ ਸੀ। ਸ਼ੇਰੀ ਹੈ ਭੁੱਖਾ, ਬਲਕਿ ਭੁੱਖਾ ਖਾਨਦਾਨ ਹੈ। ਬਈ ਜੋ ਜਹਾਂ ਪੈਦਾ ਹੋਤਾ ਹੈ ਵੋ ਉਸੇ ਅੱਛਾ ਲੱਗਤਾ ਹੈ, ਇਸੇ ਕਹਤੇ ਹੈ ਕਿ ਸੈਂਸ ਆਫ ਬਿਲਾਂਗਿੰਗ। ਹਾਂਜੀ ਬਿਲਕੁਲ ਠੀਕ ਆਦੇ ਭੈਣ ਮੀਤ ਸਾਹਿਬ, ਇਸੇ ਮਾਰੂ ਮੈਨੂੰ ਬਹੁਤ ਜ਼ਿਆਦਾ ਫਖਰ ਮਹਿਸੂਸ ਹੁੰਦਾ ਜਿਹੜਾ ਵੀ ਕੋਈ ਮੀਆਂ ਵਾਲੀ ਦੀ ਗੱਲ ਕਰੇ ਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ, ਅਗਰ ਕੋਈ ਮੀਆਂ ਵਾਲੀ ਦੇ ਬਾਰੇ ਅੱਛੀਆਂ ਗੱਲਾਂ ਕਰੇ। ਉਹ ਅਲੱਗ ਗੱਲ ਹੈ ਕਿ ਹੁਣ 7 ਸਾਲ ਥੀ ਉਹਨਾਂ ਲਈ ਮੈਂ ਲਾਹੌਰ ਰਹਿੰਦੀ ਹਾਂ, ਜਿੱਥੇ ਵੀ ਬਹੁਤ ਮੈਨੂੰ ਸੈਂਸ ਆਫ ਬਿਲੋਂਗਿੰਗ ਜਿਹਨੇ ਮੀਤ ਸਾਹਿਬ ਆਦੇ ਭੈਣ ਡਿਵੈਲਪ ਥੀ ਗਿਆ ਹੈ, ਲੇਕਿਨ ਮੈਂ ਮੀਆਂ ਵਾਲੀ ਤਾਂ ਮੀਆਂ ਵਾਲੀ ਹੈ। ਬਈ ਸਰਾਇਕੀ ਵੈਸੇ ਤਾਂ ਬਹੁਤ ਅੱਛੀ ਜ਼ਬਾਨ ਹੈ, ਲੇਕਿਨ ਹਿਨਾ ਕੇ ਮੂੰਹ ਸੇ ਔਰ ਜ਼ਿਆਦਾ ਸੱਚੀ ਹੈ, ਇਹ ਤਾਂ ਸਰਾਇਕੀ ਕੀ ਪ੍ਰਵੀਨ ਸੁਲਤਾਨਾ। ਵੈਸੇ ਮੀਰ ਸਾਹਿਬ ਸਾਹਿਬ ਲਾਇਆ ਮੈਂ, ਤੁਸੀਂ ਵੀ ਬੜੇ ਸਖੀ ਦੇ ਲੋ, ਇੰਨੀ ਸਖਾਵਤ ਕਰਤੀ, ਕੀ ਕਹਿਤਾ ਜੇ ਪ੍ਰਵੀਨ ਸੁਲਤਾਨਾ। ਬਿਲਕੁਲ ਉਹ ਸਰਾਇਕੀ ਹੈ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਕਹਿਣਾ ਤੇ ਕਹੋ ਪ੍ਰਵੀਨ ਸੁਲਤਾਨਾ ਸ਼ਾਕਰ ਸ਼ੁਜਾਬਾਦੀ। ਬਈ ਜਿਸ ਤਰ੍ਹਾਂ ਪ੍ਰਵੀਨ ਸੁਲਤਾਨਾ ਜਗ੍ਹਾ ਔਰ ਜ਼ਮਜ਼ਮੇ ਲੇਤੀ ਹੈ ਨਾ, ਇਹ ਵੀ ਸਰਾਇਕੀ ਮੈਂ ਐਸੀ ਹੀ ਰਵਾਨੀ ਹੈ। ਹਾਏ ਹਾਏ ਸੱਚੀ ਮੁੱਝ, ਥੈਂਕ ਯੂ ਜੀ ਸਾਹਿਬ, ਸਰਾਇਕੀ ਤੁਹਾਡੀ ਬਹੁਤ ਚੰਗੀ ਹੈ, ਸ਼ੁਕਰੀਆ। ਤੁਸੀਂ ਆਪ ਕਹਿਣੀ ਜੀ। ਵੈਸੇ ਮੀਰ ਸਾਹਿਬ ਮੁਝੇ ਵੀ ਹਿਨਾ ਕੀ ਸਰਾਇਕੀ ਬਹੁਤ ਹੀ ਅੱਛੀ ਲੱਗਦੀ ਹੈ, ਯਾਨੀ ਕਿ ਬਹੁਤ ਚੰਗੀ ਲੱਗਦੀ ਹੈ। ਲਾ ਲੈ ਫਿਰ ਇੱਕ ਚੱਕਰ ਤੂੰ ਵੀ ਮੀਆਂ ਵਾਲੀ ਦਾ। ਅੱਛਾ ਹੁਣ ਬਸ ਕਰੋ ਨਾ ਮਜ਼ਾਕ, ਤੋਂ ਸਾਰਾ ਨਾ ਉਡਾਓ, ਮੈਂ ਤਾਂ ਹੁਣ ਸਿੱਧਰਨ ਗਿਣ ਕੇ ਹੀ ਵੇਂਦੀ ਪਈ ਆ, ਮੀਆਂ ਵਾਲੀ ਅਸਾਂ ਇਕੱਠੀਆਂ ਵੀ ਸਾਥ, ਇਸਮੇ ਮੀਆਂ ਵਾਲੀ ਦਾ ਪੂਰਾ ਸ਼ਾਰ ਦੇਖ ਵੇ ਸਾਂ। ਖੈਰ ਖਰੀਅਤ ਸੇ ਜਾਏ, ਹਮਾਰੀ ਵੀ ਦੁਆ ਹੈ, ਅੱਲਾ ਕਰੇ ਤੁਹਾਨੂੰ ਹੁਣ ਕੁਟਰਾਲੀ ਵਾਲਾ ਬਾ ਲਵੇ। ਕਮੀ ਦਿੱਤੇ ਦੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ, ਭਾਵੇਂ ਵਸੇ ਤੂੰ ਮਲਾਤ ਅਸਾਂ ਕਰਨੀ ਰਹਿਤ, ਤੈਨੂੰ ਲੈ ਕੇ ਜਾਣਾ ਏ ਮੀਆਂ ਵਾਲੀ। ਇਹ ਭਲਾ ਕਿਹੜਾ ਤਾਂ ਹੁੰਦਾ, ਕਿਹੜਾ, ਇਹ ਪੈਸੇ ਨਹੀਂ ਲੈਂਦਾ। ਅੱਛਾ ਫਿਰ ਕੀ ਲੈਂਦਾ, ਆਟਾ ਲੈਂਦਾ, ਕੋਈ ਪੱਕੀਆਂ ਦੋ ਰੋਟੀਆਂ ਲੱਭ ਜਾਣ ਉਹ ਲੈਂਦਾ, ਜੇ ਕਿਸੇ ਜਗ੍ਹਾ ਤੇ ਵੀ ਪਤਾ ਹੋਵੇ ਚਾਰ ਦੇਗਾਂ ਪਕਣੀਆਂ ਆਪ ਹੀ ਜਾ ਕੇ ਫੰਕਸ਼ਨ ਕਰ ਆਉਂਦਾ। ਇਹਨੂੰ ਤੇ ਕੋਈ ਬੰਦਾ ਆਟੇ ਦਾ ਲਾਰਾ ਲਾਵੇ ਨਾ, ਉੱਥੇ ਵਾਜਾ ਰੱਖ ਲੈਂਦਾ, ਕਮੀਜ਼ ਤੇਰੀ ਕਾਲੀ। ਐਰਾ ਤਾਂ ਉਹਦਾ ਖਾਲੀ ਆਟਾ ਨਹੀਂ ਮੰਗਦਾ, ਗੁੰਨਣ ਵਾਲੀ ਵੀ ਮੰਗਦਾ। ਔਰ ਪਤਾ ਕਿਉਂ ਮੰਗਦਾ ਜੀ, ਸਿਰਫ ਇਹ ਕਹਿਣਾ ਕਿ ਆਟਾ ਗੁੰਨਦੀ ਹਿਲਦੀ ਕਿਉਂ। ਅੱਛਾ ਵੈਸੇ ਇੱਕ ਗੱਲ ਤਾਂ ਇਹ ਦਾਦਾ ਵੀ ਬੰਦਾ ਲਾਲਾ ਇਸਾ ਖੇਲਵੀ ਨੂੰ ਸੁਣੇ ਨਾ ਤਾਂ ਦਿਲ ਚ ਇੱਕ ਅਜੀਬ ਜਿਹਾ ਸਕੂਨ, ਇੱਕ ਬਹੁਤ ਅੱਛੀ ਜਿਹੀ ਖੁਸ਼ੀ ਮਹਿਸੂਸ ਥੀਂਦੀ ਹੈ, ਤੇ ਮੈਂ ਤਾਂ ਅਕਸਰ ਸੁਣਨੀ ਉਹਨਾਂ ਦੇ ਗਾਣੇ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਬਈ ਲਾਲਾ ਅਤਾਉਲਾ ਇਸਾ ਖੇਲਵੀ ਉਹਨਾਂ ਆਰਟਿਸਟੋਂ ਮੇਂ ਸ਼ਾਮਿਲ ਹੈ ਜਿਨਕੇ ਕਾਂਸਰਟ ਮੇਂ 70-70, 80-80 ਹਜ਼ਾਰ ਲੋਕ ਆਤੇ।